ਕਲਾਇੰਟ ਆਉਂਦੇ ਤਾਂ ਹੈਗੇ ਆ ਕਿ ਲੈ ਮਤਲਬ ਕਿ ਪਾਰਲਰ ਦਾ ਕੰਮ ਕਰਦੀ ਆ, ਲੈ ਇਹ ਰੋਟੀ ਪਾਣੀ 'ਚ ਲੱਗੀ ਹੋਈ ਹੈ ਨਾ ਇੱਦਾਂ ਬਣਾਉਣ, ਬਟ ਆਪਾਂ ਨਹੀਂ ਸ਼ਰਮ ਕੀਤੀ, ਆਪਾਂ ਆਪਣੇ ਹਸਬੈਂਡ ਦੇ ਨਾਲ ਪੂਰੀ ਸਪੋਰਟ ਆ ਇਹਨਾਂ ਦੇ ਨਾਲ ਹੋਈ ਸੀ ਇੱਕ ਦੋ ਦਿਨ, ਬੜਾ ਅਜੀਬ ਜਿਹਾ ਲੱਗਿਆ ਸੀ ਆਪਣੇ ਆਪ ਨੂੰ, ਬਟ ਫਿਰ ਹੌਲੀ ਹੌਲੀ ਇਹ ਆ ਕਿ ਚਲੋ ਨਹੀਂ ਜੀ ਮਿਹਨਤ ਆ, ਮਿਹਨਤ ਦੇ ਵਿੱਚ ਕੋਈ ਸ਼ਰਮ ਨਹੀਂ ਹੈਗੀ, ਆਪਣਾ ਕੰਮ ਆ ਹੈਨਾ, ਜਦੋਂ ਮਰਜ਼ੀ ਬੰਦਾ ਕਰ ਲਵੇ। ਇਹੀ ਕਹਿਣਾ ਚਾਹੁੰਦੀ ਹਾਂ ਕਿ ਆਪਾਂ ਦੇਖੋ ਬਾਹਰ ਜਾ ਕੇ ਵੀ ਆਪਾਂ ਬਹੁਤ ਕੰਮ ਕਰਦੇ ਹਾਂ, ਉੱਥੇ ਤਾਂ ਆਪਾਂ ਨੂੰ ਪਤਾ ਨਹੀਂ ਹੈਗਾ ਆਪਾਂ ਕੀ ਕੀ ਕੰਮ ਕਰਨਾ ਹਨਾ, ਇੰਡੀਆ 'ਚ ਰਹਿ ਕੇ ਆਪਾਂ ਆਪਣਾ ਬਿਜ਼ਨਸ ਕਰੀਏ। ਹਾਂਜੀ ਮੈਡਮ, ਕੀ ਨਾਮ ਆਪਣਾ? ਮੇਰਾ ਨਾਮ ਮੋਨਿਕਾ ਹੈ। ਮੋਨਿਕਾ, ਹਾਂਜੀ ਮੋਨਿਕਾ, ਕਿੰਨੀ ਦੇਰ ਤੋਂ ਆਪਾਂ ਲਾਉਂਦੇ ਹਾਂ ਇਹ ਜਿਹੜਾ ਰੇੜੀ ਲਾਉਣ ਲੱਗੇ ਹਾਂ? ਆਪਾਂ ਨੂੰ ਉਹਦਾ 6 ਮਹੀਨੇ ਹੋ ਗਏ ਪਹਿਲਾਂ ਕੰਮ ਕਰਦਿਆਂ ਨੂੰ, ਮੱਕੀ ਦੀ ਰੋਟੀ ਤੇ ਪਰਾਂਠਿਆਂ ਦਾ ਕੰਮ ਆਪਾਂ ਹੁਣ ਸਟਾਰਟ ਕੀਤਾ ਆ, ਹੁਣ ਸਟਾਰਟ ਮਹੀਨੇ ਤੋਂ ਹੋਇਆ, ਮਹੀਨੇ ਤੋਂ। ਹਾਂਜੀ ਤੇ ਮੋਨਿਕਾ ਕਿੰਨਾ ਪੜ੍ਹੇ ਲਿਖੇ ਹੋ ਤੁਸੀਂ? ਮੈਂ ਪਲੱਸ 2 ਕੀਤੀ ਆ। ਪਲੱਸ 2 ਕੀਤੀ ਆ, ਹਾਂਜੀ ਮੈਂ ਪਟੀਸ਼ਨ ਵੀ ਆ, ਪਾਰਲਰ ਦਾ ਕੰਮ ਵੀ ਕਰਦੀ ਆ। ਪਾਰਲਰ ਦਾ ਕੰਮ ਵੀ ਕਰਦੀ? ਹਾਂਜੀ। ਤੇ ਫਿਰ ਪਾਰਲਰ ਦੇ ਕੰਮ ਤੋਂ ਲੈ ਕੇ ਪਾਰਲਰ ਦੇ ਕੰਮ ਤਾਂ ਹੱਥ ਠੰਡੇ ਜਿਹਾ ਰਹਿੰਦੇ ਆ, ਇੱਥੇ ਤਵੇ ਤੇ ਹੱਥ ਸੜਨੇ ਕਿਦਾਂ ਦਾ ਲੱਗਦਾ? ਨਹੀਂ ਨਹੀਂ ਵਧੀਆ, ਜੋ ਆਪਣਾ ਕੰਮ ਆ ਕੋਈ ਸ਼ਰਮ ਨਹੀਂ ਹੈਗੀ, ਵਧੀਆ ਆ, ਮਿਹਨਤ ਆ ਜੀ, ਠੀਕ ਲੱਗਦਾ? ਹਾਂਜੀ ਬਹੁਤ ਵਧੀਆ ਲੱਗਦਾ ਹੈ। ਤੇ ਫਰਕ ਕਿੰਨਾ ਕੁ ਲੱਗਾ ਪਾਰਲਰ ਦੇ ਕੰਮ ਤੇ ਇਹਦੇ ਕੰਮ 'ਚ, ਕਿਉਂਕਿ ਇਹ ਕੁੜੀਆਂ ਕਰਨ ਤੋਂ ਡਰਦੀਆਂ, ਪਾਰਲਰ ਦਾ ਕੰਮ ਸੌਖਾ ਸੌਖਾ ਕਰਦੀਆਂ, ਕਿੰਨਾ ਕੁ ਫਰਕ? ਫਰਕ ਤਾਂ ਕੁਛ ਨਹੀਂ ਹੈਗਾ, ਜਿਹੜਾ ਕੰਮ ਆਉਂਦਾ ਆਪਾਂ ਤਾਂ ਸਭ ਕੰਮ ਕਰ ਲਈਦੇ ਆ। ਅੱਛਾ, ਪਾਰਲਰ ਦਾ ਵੀ ਕਰ ਲਈਦਾ ਆ, ਇੱਧਰ ਵੀ ਚਲੋ ਮਿਹਨਤ ਵੀ ਆਪਣੇ ਹਸਬੈਂਡ ਦੇ ਨਾਲ ਵੀ ਹੈਲਪ ਕਰਾਣੀ। ਇੱਥੇ ਵੀ ਆ ਜਾਂਦੇ? ਹਾਂਜੀ। ਕਿੰਨੇ ਤੋਂ ਕਿੰਨੇ ਵਜੇ ਤੱਕ ਹੁੰਦੇ ਹੋ? ਆਪਾਂ 11 ਵਜੇ ਆਉਂਦੇ ਆ, 3 ਵਜੇ ਤੱਕ। ਤੇ ਕੀ ਕੀ ਹੁੰਦਾ ਆਪਣੇ ਕੋਲ ਇੱਥੇ? ਆਪਣੇ ਕੋਲ ਆਲੂ ਵਾਲੇ ਪਰਾਂਠੇ, ਪਨੀਰ ਵਾਲੇ ਪਰਾਂਠੇ, ਮੱਕੀ ਦੀ ਰੋਟੀ, ਸਰੋਂ ਦਾ ਸਾਗ, ਕੜੀ ਚਾਵਲ, ਰਾਜਮਾ ਚਾਵਲ, ਕਈ ਵਾਰ ਸੁੱਕੀ ਸਬਜ਼ੀ ਵੀ ਹੁੰਦੀ ਨਾਲ, ਉਹ ਅਸੀਂ ਚੇਂਜ ਕਰਦੇ ਰਹੀਦਾ ਆ। ਤੇ ਕੀ ਰੇਟ ਕੀ ਰੱਖਿਆ ਆ? ਆਲੂ ਵਾਲੇ ਪਰਾਂਠਿਆਂ ਦਾ ਆਪਣਾ ਹੈਗਾ 50 ਰੁਪਏ ਦੇ 2 ਪਰਾਂਠੇ, ਨਾਲ ਆਪਣੇ ਮੱਖਣ, ਜੇ ਦਹੀਂ ਲੈਣਾ ਉਹ ਐਕਸਟਰਾ। ਤੇ ਮੱਕੀ ਦੀ ਰੋਟੀ ਸਰੋਂ ਸਾਗ ਉਹ ਕਿੱਦਾਂ? 50 ਰੁਪਏ, 50 ਰੁਪਏ। ਕੀ ਕੀ ਹੁੰਦਾ ਪਲੇਟ ਦੇ ਵਿੱਚ? ਪਲੇਟ ਵਿੱਚ ਸਲਾਦ ਹੁੰਦਾ ਆ, ਅਚਾਰ ਹੁੰਦਾ ਆ, ਚਟਨੀ ਹੁੰਦੀ ਆ, 2 ਰੋਟੀਆਂ। ਦਿਖਾਓ ਮੈਨੂੰ ਲਗਾ ਕੇ। ਹਾਂਜੀ ਨਾਲ ਮੱਕੀ ਦੀਆਂ 2 ਰੋਟੀਆਂ। ਅੱਛਾ, ਇਹ ਤੁਹਾਡੀ ਥਾਲੀ ਹੋ ਗਈ, ਤਾਂ ਕੀਮਤ ਕੀ ਰੱਖੀ ਤੁਸੀਂ? 50 ਰੁਪਏ ਰੇਟ। ਹਾਂ ਮੋਨਿਕਾ, ਤੇ ਜਦੋਂ ਪਹਿਲਾਂ ਕੰਮ ਸਟਾਰਟ ਕੀਤਾ ਤੇ ਫਿਰ ਕਿੱਦਾਂ, ਫਿਰ ਲੋਕਾਂ ਨੇ ਕੋਈ ਕਮੈਂਟ ਵੀ ਕਰਸੇ? ਕੋਈ ਕਮੈਂਟ ਆਉਂਦੇ ਤਾਂ ਹੈਗੇ ਆ ਕਿ ਲੈ ਮਤਲਬ ਕਿ ਪਾਰਲਰ ਦਾ ਕੰਮ ਕਰਦੀ ਆ, ਲੈ ਇਹ ਰੋਟੀ ਪਾਣੀ 'ਚ ਲੱਗੀ ਹੋਈ ਹੈ ਨਾ ਇੱਦਾਂ ਬਣਾਉਣ, ਬਟ ਆਪਾਂ ਨਹੀਂ ਸ਼ਰਮ ਕੀਤੀ, ਆਪਾਂ ਆਪਣੇ ਹਸਬੈਂਡ ਦੇ ਨਾਲ ਪੂਰੀ ਸਪੋਰਟ ਆ ਇਹਨਾਂ ਦੇ ਨਾਲ, ਇਹਨਾਂ ਨੇ ਕਿਹਾ ਕਿ ਚਲੋ ਆਪਾਂ ਰੇੜੀ ਦਾ ਕੰਮ ਸਟਾਰਟ ਕਰਨਾ ਹੈ, ਆਪਾਂ ਪੂਰੀ ਸਪੋਰਟ ਕੀਤੀ ਆ। ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਪਹਿਲਾਂ ਜਦੋਂ ਕੰਮ ਸਟਾਰਟ ਕੀਤਾ, ਹਾਂਜੀ ਜਦੋਂ ਪਹਿਲਾਂ ਕੰਮ ਸਟਾਰਟ ਕੀਤਾ, ਥੋੜ੍ਹੀ ਝਿਜਕ ਵੀ ਮਹਿਸੂਸ ਹੋਈ? ਹਲਕੀ ਹਲਕੀ ਹੋਈ ਸੀ ਇੱਕ ਦੋ ਦਿਨ, ਬੜਾ ਅਜੀਬ ਜਿਹਾ ਲੱਗਿਆ ਸੀ ਆਪਣੇ ਆਪ ਨੂੰ,
ਬਟ ਫਿਰ ਹੌਲੀ ਹੌਲੀ ਇਹ ਆ ਕਿ ਚਲੋ ਨਹੀਂ ਜੀ ਮਿਹਨਤ ਆ, ਮਿਹਨਤ ਦੇ ਵਿੱਚ ਕੋਈ ਸ਼ਰਮ ਨਹੀਂ ਹੈਗੀ, ਆਪਣਾ ਕੰਮ ਆ ਹਨਾ, ਜਦੋਂ ਮਰਜ਼ੀ ਬੰਦਾ ਕਰ ਲਵੇ। ਤੇ ਕੀ ਕਹਿਣਾ ਚਾਹੁੰਦੇ ਉਹਨਾਂ ਕੁੜੀਆਂ ਨੂੰ ਜਿਹੜੀਆਂ ਕੁੜੀਆਂ ਆਈਲੈਟਸ ਕਰਕੇ ਵਿਦੇਸ਼ ਜਾਣਾ ਚਾਹੁੰਦੀਆਂ? ਮੈਂ ਦੇਖਿਆ ਤੁਹਾਨੂੰ ਮੱਕੀ ਦੀ ਰੋਟੀ ਜਿਹੜੀ ਆ ਤੁਸੀਂ ਹੈ ਨਾ ਲਿਫਾਫਾ ਰੱਖ ਕੇ ਬਣਾ ਰਹੇ ਸੀ, ਤੁਹਾਨੂੰ ਹੱਥ ਨਾਲ ਨਹੀਂ ਬਣਾਉਣੀ। ਕੀ ਕਹੋਗੇ, ਕੀ ਕਹੋਗੇ ਉਹਨਾਂ ਕੁੜੀਆਂ ਨੂੰ, ਕੀ ਕਹੋਗੇ ਜਿਹੜੇ ਕੰਮ ਕਰਨ ਤੋਂ ਡਰਦੀਆਂ ਨੇ? ਨਹੀਂ, ਮੈਂ ਤਾਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਪਾਂ ਦੇਖੋ ਬਾਹਰ ਜਾ ਕੇ ਵੀ ਆਪਾਂ ਬਹੁਤ ਕੰਮ ਕਰਦੇ ਹਾਂ, ਉੱਥੇ ਤਾਂ ਆਪਾਂ ਨੂੰ ਪਤਾ ਨਹੀਂ ਹੈਗਾ ਆਪਾਂ ਕੀ ਕੰਮ ਕਰਨਾ ਹਨਾ। ਇੰਡੀਆ 'ਚ ਰਹਿ ਕੇ ਆਪਾਂ ਆਪਣਾ ਬਿਜ਼ਨਸ ਕਰੀਏ ਤੇ ਇਹਦੇ ਵਿੱਚ ਕੋਈ ਸ਼ਰਮ ਨਹੀਂ ਹੈਗੀ। ਦੇਖੋ ਮਿਹਨਤ ਆ, ਮਿਹਨਤ ਨੂੰ ਤਾਂ ਕੋਈ ਮਿਹਨਾ ਨਹੀਂ ਹੈਗਾ। ਹਾਂ, ਆਪਣਾ ਕੰਮ ਕਰੋ, ਬੇਝਿਜਕ ਹੋ ਕੇ ਕਰੋ, ਲੋਕਾਂ ਦੀ ਪਰਵਾਹ ਨਾ ਕਰੋ ਜੀ। ਕਿ ਕਿੰਨੀ ਦੇਰ ਹੋ ਗਈ ਸਾਡੀ ਮੈਰਿਜ ਨੂੰ? ਮੈਨੂੰ 10 ਸਾਲ ਹੋ ਗਏ। 10 ਸਾਲ? ਹਾਂਜੀ। ਬੱਚੇ? ਬੱਚੇ ਗੁੜੀਆ ਇੱਕ 7 ਸਾਲ ਦੀ। ਉਹ ਜਾਂਦੇ ਸਕੂਲ? ਡੀਏਵੀ ਸਕੂਲ ਪੜ੍ਹਦੀ ਆ। ਫਿਰ ਕੌਣ ਉਹਨਾਂ ਨੂੰ ਛੱਡ ਕੇ ਆਉਂਦਾ ਸਕੂਲੇ? ਬੱਸ 'ਚ। ਬੱਸ 'ਚ ਆ ਜਾਂਦੇ, ਚੱਲ ਜਾਂਦੇ ਆ 10 ਸਾਲ ਦੇ। ਤੇ ਠੀਕ ਲੱਗਦਾ ਕੰਮ ਤੁਹਾਨੂੰ? ਨਹੀਂ, ਬਹੁਤ ਵਧੀਆ ਆ। ਵਧੀਆ ਲੱਗਦਾ। ਹਾਂਜੀ। ਕੀ ਨਾਮ ਆਪਣਾ? ਪੰਕਜ। ਪੰਕਜ, ਕਿੱਦਾਂ ਲੱਗਦਾ ਆ ਇਹ ਕੰਮ ਸ਼ੁਰੂ ਕਰਕੇ? ਪਹਿਲਾਂ ਨਵਾਂ ਨਵਾਂ ਹੋਇਆ ਸੀ, ਫਿਰ ਮੈਂ ਸੋਚਿਆ ਮੈਂ ਤਾਂ ਆਪਣਾ ਕੰਮ ਆ, ਲੋਕਾਂ ਦੇ ਆਪਾਂ ਕੰਮ ਕਰੀਏ, ਕੋਈ 7-8 ਹਜ਼ਾਰ 10 ਹਜ਼ਾਰ ਰੈਂਟ ਮਿਲਦਾ, ਫਾਇਦਾ ਨਹੀਂ ਹੈਗਾ ਆਪਣਾ ਕੰਮ। 11 ਵਜੇ ਆਓ, 3 ਵਜੇ ਘਰ ਨੂੰ। ਠੀਕ ਨਾ, ਵਧੀਆ ਕੰਮ ਚੱਲਦਾ, ਵਧੀਆ ਠੀਕ ਲੱਗਦਾ ਕੰਮ। ਜਦੋਂ ਵਾਈਫ ਨਾਲ ਕੰਮ ਕਰਦੇ ਆ ਕਿੱਦਾਂ ਦਾ ਮਹਿਸੂਸ ਹੁੰਦਾ ਫਿਰ? ਨਹੀਂ, ਆਪਾਂ ਤਾਂ ਫੁੱਲ ਸਪੋਰਟ ਆ ਨਾਲ। ਫੁੱਲ ਸਪੋਰਟ ਹੈ? ਫੁੱਲ ਸਪੋਰਟ ਹੈ, ਤੰਗ ਕੋਈ ਨਹੀਂ ਹੈਗੀ, ਕੰਮ ਕਰਨਾ। ਠੀਕ ਹੈ ਸਰ। ਕੀ ਨਾਮ ਆਪਣਾ ਜੀ? ਜਸਵੰਤ ਸਿੰਘ, ਥਾਣਾ ਫਲੌਰ। ਸਰ, ਕਿੱਦਾਂ ਦਾ ਲੱਗਾ ਖਾਣਾ ਖਾ ਕੇ ਗੁੜੀਆ ਕੋਲ? ਖਾਣਾ ਬਹੁਤ ਵਧੀਆ ਜੀ, ਮੈਂ ਤਾਂ ਰੋਜ਼ ਹੀ ਛਕਦਾ ਇਹਨਾਂ ਕੋਲ ਆ ਕੇ ਤਕਰੀਬਨ। ਅੱਛਾ ਜੀ। ਮੈਨੂੰ ਬਹੁਤ ਵਧੀਆ ਟੇਸਟ ਲੱਗਾ ਜੀ। ਠੀਕ ਲੱਗਿਆ? ਬਹੁਤ ਵਧੀਆ ਟੇਸਟ ਲੱਗਾ। ਜਿੱਦਾਂ ਜਿੱਦਾਂ ਪ੍ਰਵਾਸੀ ਮਜ਼ਦੂਰ ਜਦੋਂ ਆਪਾਂ ਰੇਹੜੀ 'ਤੇ ਜਾਂਦੇ ਹਾਂ, ਅਤੇ ਉਹਨਾਂ ਨਾਲੋਂ ਕਿੰਨਾ ਕੁ ਫਰਕ ਲੱਗਾ? ਉਹਨਾਂ ਨਾਲੋਂ ਤਾਂ 100 ਗੁਣਾ ਚੰਗਾ, ਇਹਨਾਂ ਦੀ ਸਫਾਈ ਬਹੁਤ ਜ਼ਿਆਦਾ। ਸਫਾਈ ਠੀਕ ਹੈ? ਇਹ ਲੜਕੀ ਦੀ ਮੈਂ ਦੇਖਦਾ, ਮੈਂ ਰੋਜ਼ ਹੀ ਇੱਥੇ ਕੋਰਟ 'ਤੇ ਸਾਡਾ ਤਕਰੀਬਨ ਆਉਣਾ ਜਾਣਾ ਰਹਿੰਦਾ ਆ। ਹਾਂਜੀ। ਅਤੇ ਅਸੀਂ ਮੈਂ ਤਕਰੀਬਨ ਇਹਨਾਂ ਕੋਲ ਖਾਂਦਾ ਰੋਜ਼। ਠੀਕ ਲੱਗਾ ਟੇਸਟ ਇਹਨਾਂ ਦਾ? ਵਧੀਆ ਟੇਸਟ ਲੱਗਾ, ਵਧੀਆ ਸਫਾਈ ਆ, ਔਰ ਵਧੀਆ ਖਾਣਾ ਹੈ, ਵਧੀਆ ਬਣਾਉਂਦੇ ਆ। ਥੈਂਕ ਯੂ। ਹਾਂਜੀ ਭਾਜੀ, ਕਿੱਦਾਂ ਦਾ ਲੱਗਾ ਖਾਣਾ ਤੁਹਾਨੂੰ? ਖਾਣਾ ਬਹੁਤ ਵਧੀਆ ਜੀ। ਵਧੀਆ ਲੱਗਾ? ਅਤੇ ਇੰਨਾ ਸਸਤੇ 'ਚ ਹੋਰ ਕਿਤੇ ਮਿਲਦਾ ਖਾਣਾ? ਨਹੀਂ ਮਿਲਦਾ। ਖਾਣਾ ਟੇਸਟੀ ਆ? ਖਾਣਾ ਵਧੀਆ ਜੀ।